ਹਾਂਜੀ ਤੁਹਾਡਾ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਫਲਾਈਟਸ ਦਾ ਬੈਨ ਲੱਗਿਆ ਹੋਇਆ ਹੈ ਇਨਡਾਇਰੈਕਟ ਰੂਟ ਰਾਹੀਂ ਆਪਾਂ ਨੂੰ ਜਿਹੜਾ ਜਾਣਾ ਪੈ ਰਿਹਾਗਾ ਤੇ ਜਿਹੜਾ ਫਲਾਈਟਸ ਦਾ ਬੈਨ ਐਕਸਟੈਂਡ ਹੋ ਗਿਆ ਸੀਗਾ 21 ਸਤੰਬਰ ਤੱਕ ਤੇ ਹੁਣ ਜਿਹੜਾ ਉਹ ਖਤਮ ਹੋਣ ਵਾਲਾਗਾ ਹੁਣ ਵਾਲੇ 8-10 ਦਿਨਾਂ ਦੇ ਵਿੱਚ ਤੇ ਕਾਫੀ ਹਣਾਂ ਦਾ ਇੱਕ ਕੁਐਸਚਨ ਆ ਰਿਹਾ ਹੈ ਕਿ ਹੁਣ ਫਲਾਈਟਸ ਦਾ ਬੈਨ ਹੈ ਜਿਹੜਾ ਓਪਨ ਹੋ ਜਾਊਗਾ ਉਸ ਦੇ ਬਾਰੇ ਆਪਾਂ ਇਸ ਵੀਡੀਓ 'ਚ ਡਿਸਕਸ਼ਨ ਕਰਾਂਗੇ 네ਗੇਟਿਵ ਤੇ ਪੋਜ਼ੀਟਿਵ ਪੁਆਇੰਟ ਜਿਹੜੇ ਦੇਖਾਂਗੇ ਕਿ ਫਲਾਈਟਸ ਦਾ ਬੈਨ ਕਿੰਨੇ ਕੁ ਚਾਂਸਸ ਹੈਗੇ ਨੇ ਓਪਨ ਹੋਣ ਦੇ ਤਾਂ ਮੈਂ ਤੁਹਾਨੂੰ ਕਹੂੰਗਾ ਵੀਡੀਓ ਨੂੰ ਸ਼ੁਰੂ ਤੇ ਲੈ ਕੇ ਅੰਤ ਤੱਕ ਜੁੜਦੇ ਰਹਿ ਕੇ ਵੀਡੀਓ ਸਟਰ ਡੀ ਇਨਫੋਰਮੇਟਿਵ ਹੋਊਗੀ ਤੇ ਹੁਣ ਆਪਾਂ ਜਿਹੜੀ ਵੀਡੀਓ ਸ਼ੁਰੂ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਜਿਹੜੇ 네ਗੇਟਿਵ ਜਿਹੜੇ ਪੁਆਇੰਟ ਆਪਾਂ ਉਹ ਦੇਖ ਲੈਣੇ ਆ ਵੀ ਕਿਉਂ ਜਿਹੜਾ ਲੱਗ ਰਿਹਾ ਵੀ ਫਲਾਈਟਸ ਦਾ ਬ ਮੈਨੂੰ ਦੱਸਾਂ ਕਿ ਕੈਨੇਡਾ ਹੈਲਥ ਨੇ ਜਿਹੜੀ ਰਿਪੋਰਟ ਰੱਖੀ ਸੀਗੀ ਜਿਸ ਦੇ ਵਿੱਚ ਇਹ ਸ਼ੋ ਹੋਇਆਗਾ ਕਿ ਜਦੋਂ ਕਿ ਹੁਣ ਟ੍ਰੈਵਲ ਓਪਨ ਹੋਇਆ ਜੋ ਫਲਾਈਟਾਂ ਓਪਨ ਹੋਈਆਂ ਜਾਂ ਯੂਐਸਏ ਦਾ ਬਾਰਡਰ ਓਪਨ ਹੋਇਆ ਰਿਹਾ ਉਸ ਟਾਈਮ ਦੇਤੇ ਜੋ ਫਲਾਈਟਸ ਦੇ ਵਿੱਚੋਂ ਆ ਰਹੇ ਨੇਗੇ ਉਹਨਾਂ ਵਿੱਚ ਜਿਹੜਾ ਕੋਵਿਡ ਦੇ ਨੰਬਰ ਨੇ ਉਹ ਇਨਕਰੀਜ਼ ਹੋਏ ਨੇ ਗਿਆ ਨਾ ਤੋ ਜੀ ਨੂੰ ਦੇਖਦੇ ਹੋਏ ਹੈਲਥ ਕੈਨੇਡਾ ਨੇ ਕਿਹਾ ਹੈਗਾ ਕਿ ਆਨ ਅਰੇ ਟਾਈਮ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਜਿਹੜੀ ਆ ਸਕਦੀ ਹੈਗੀ ਤੇ ਨੈਕਸਟ ਹੈ ਕਿ ਨੰਬਰ ਆਫ ਕੇਸਿਸ ਹੈ ਨਾ ਇੰਡੀਆ ਦੇ ਵਿੱਚ ਜਿਹੜੇ ਲਗਭਗ ਉਨਾ ਹੀ ਨੰਬਰ ਆ ਰਹੇ ਨੇ ਬਟ ਕੁਝ ਦਿਨਾਂ ਤੋਂ ਜਿਹੜੇ ਡਿਕਰੀਜ਼ ਵੀ ਹੋ ਰਹੇ ਨੇ ਨੰਬਰ ਹੈ ਨਾ ਤੇ ਇਸ ਕਰਕੇ ਹੀ ਥੋੜੇ ਬਹੁਤ ਚਾਂਸ ਹੋ ਸਕਦੇ ਨੇ ਕਿ ਨੰਬਰਾਂ ਜਿਹੜੇ ਸਟੇਬਲ ਜਦੋਂ ਕਿ ਪਹਿਲਾਂ ਲਾਸਟ ਟਾਈਮ ਫਲਾਈਟਸ ਬੈਨ ਕੀਤਾ ਸੀ ਉਸ ਟਾਈਮ ਤੇ ਵੀ ਇੰਨੇ ਕੀ ਨੰਬਰ ਆ ਰਹੇ ਸੀ ਕੀ ਕੋਵਿਡ ਦੇ ਤੇ ਹੁਣ ਦੇ ਟਾਈਮ ਤੇ ਵੀ ਇੰਨੇ ਵੀ ਨੰਬਰ ਆ ਰਹੇ ਨੇ ਤੇ ਬਾਕੀ ਕੁਝ ਇਲੈਕਸ਼ਨ ਦਾ ਦਬਾਅ ਜਿਹੜਾ ਹੋ ਸਕਦਾ ਦੀ ਜਿਹੜੀ ਹੈਲਥ ਜੋ ਵੀ ਏਜੰਸੀ ਅੱਗੇ ਜਾ ਕੇ ਇਹ ਚੀਜ਼ ਲੈਵੇ ਕਿ ਹਾਂਜੀ ਆਪਾਂ ਨੂੰ ਫਲਾਈਟ ਦਾ ਬੈਨ ਓਪਨ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਮੈਨੂੰ ਜੋ ਲੱਗੇ ਸੀਗੇ ਕੁਝ 네ਗੇਟਿਵ ਪੁਆਇੰਟਸ ਇਹੀ ਜੋ 네ਗੇਟਿਵ ਪੁਆਇੰਟ ਲੱਗੇ ਸੀ ਤੇ ਹੁਣ ਆਪਾਂ ਪੋਜ਼ਿਟਿਵ ਪੁਆਇੰਟ ਦੀ ਗੱਲ ਕਰ ਲੈਂਦੇ ਹਾਂ ਜਿਸ ਦੇ ਵਿੱਚ ਲੱਗ ਰਿਹਾ ਹੈ ਕਿ 101% ਜਿਹੜੀਆਂ ਫਲਾਈਟਸ ਨੇ ਜਿਹੜੀਆਂ ਓਪਨ ਹੋ ਚਣਗੀਆਂ ਹਾਂਜੀ ਜਿਹੜਾ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਜੋ ਮੈਂ ਤੁਹਾਨੂੰ ਦੱਸਿਆ ਸੀ ਕਿ ਇੰਡੀਅਨ ਗਵਰਨਮੈਂਟ ਨੇ ਕੈਨੇਡਾ ਗਵਰਨਮੈਂਟ ਨੂੰ ਲੈਟਰ ਲਿਖਿਆ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਫ ਕੁਝ ਪ੍ਰੋਬਲਮ ਆ ਰਹੀ ਏ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਦੇ ਉੱਤੇ ਜਿਹੜੀ ਗੱਲ ਹੈ ਕਰਨੀ ਚਾਹੀਦੀ ਹੈ ਕਿ ਹਨਾ ਤੇ ਸੈਕੰਡ ਗੱਲ ਕੀ ਜਿਸ ਹਿਸਾਬ ਨਾਲ ਇੰਡੀਆ ਦੇ ਵਿੱਚ ਟੈਸਟਿੰਗ ਚੱਲ ਰਹੀ ਹੈ ਉਸ ਹਿਸਾਬ ਨਾਲ ਕੋਵਿਡ ਦੇ ਨੰਬਰ ਨੇ ਜਿਹੜੇ ਬਹੁਤ ਘੱਟ ਆ ਰਹੇ ਨੇਗੇ ਕੋਵਿਡ ਦੀ ਜੋ ਪੋਜ਼ਿਟਿਵਿਟੀ ਰੇਟ ਆ ਉਹ ਵੀ ਘਟ ਹੈ ਕੈਨੇਡਾ ਦੇ ਵਿੱਚ ਵੀ ਇਸ ਟਾਈਮ ਤੇ ਬਹੁਤ ਘੱਟ ਆ ਰਿਹਾ ਤੇ ਇੰਡੀਆ ਦੇ ਵਿੱਚ ਵੀ ਤੇ ਨੈਕਸਟ ਆਪਾਂ ਗੱਲ ਕਰਨੀ ਹੈ ਵੈਕਸੀਨੇਸ਼ਨ ਵੀ ਵੱਡੇ ਲੈਵਲ ਤੇ ਜਿਹੜੀ ਇੰਡੀਆ ਤੇ ਕੈਨੇਡਾ ਦੇ ਵਿੱਚ ਹੋ ਚੁੱਕਿਆ ਹੈ ਕੈਨੇਡਾ ਦਾ ਬਹੁਤ ਜ਼ਿਆਦਾ ਤੇ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਜੋ ਲੋਕ ਨੇ ਉਹਨਾਂ ਨੂੰ ਵੈਕਸੀਨੇਸ਼ਨ ਲੱਗ ਚੁੱਕਿਆ ਹੈ ਜਿਸ ਕਰਕੇ ਮੇਰੇ ਹਿਸਾਬ ਨਾਲ ਕੋਈ ਜਿਹੜੀ ਪ੍ਰੋਬਲਮ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਤੇ ਨੈਕਸਟ ਦਿੱਤਾ ਉਹਨਾਂ ਨੇ ਜੋ ਟ੍ਰੈਵਲ ਹੈ ਜੋ ਉੱਪਰ ਨਹੀਂ ਕਰਨਾ ਸੀ ਨੋਨੈਸੈਂਸ਼ੀਅਲ ਵਾਸਤੇ ਤੇ ਨੋਨੈਸੈਂਸ਼ੀਅਲੀ ਜਿਹੜਾ ਹੁਣ ਟ੍ਰੈਵਲ ਓਪਨ ਹੋਇਆ ਹੈਗਾ ਤੇ ਇਸ ਨਾਲ ਵੀ ਪੂਰੇ-ਪੂਰੇ ਚਾਂਸ ਲੱਗ ਰਹੇ ਹੈਗੇ ਤੇ ਨੈਕਸਟ ਆਪਾਂ ਗੱਲ ਕਰਨ ਲੇ ਹਾਂ 에ਅਰ ਕੈਨੇਡਾ ਨੇ ਜੋ ਆਪਦੀ ਸਟੇਟਮੈਂਟ ਸਟੇਟਮੈਂਟ ਵਿੱਚ ਕਹਿ ਸਕਦੇ ਜੋ ਆਪਣਾ ਰਿਪਲਾਈ ਕਰਦੇ ਨੇ ਜਿਸ ਦੇ ਵਿੱਚ ਉਹ ਸਪੈਸ਼ਲੀ ਲਿਖਦੇ ਨੇ ਕਿ ਹੈਲੋ ਆਵਰ ਫਲਾਈਟਸ ਫਰੋਮ ਇੰਡੀਆ ਟੂ ਕੈਨੇਡਾ ਆਰ ਕੰਟ੍ਰੈਂਟਲੀ ਸੈਟ ਟੂ ਰੀਜ਼ਿਊਮ ਔਨ ਸਪਟੰਬਰ 21st ਤਾਂ ਉਹਨਾਂ ਨੇ ਕਿਹਾ ਹੈਗਾ 21st ਸਪਟੰਬਰ ਤੋਂ ਈਡੀ ਸਾਡੀਆਂ ਫਲਾਈਟਸ ਨੇ ਉਹ ਇੰਡੀਆ ਤੋਂ ਕੈਨੇਡਾ ਵਾਸਤੇ ਵੀ ਤਾਂ ਇਸ ਤੋਂ ਵੀ ਕੁਝ ਆਪਾਂ ਨੂੰ ਲੱਗ ਰਿਹਾ ਕਿ ਪੋਜ਼ਿਟਿਵ ਜਿਹੜਾ ਲੱਗ ਰਿਹਾ ਕਿਉਂਕਿ ਗੇਓ ਵੀ ਇਹ ਚੀਜ਼ ਕਹਿੰਦੇ ਨੇ ਕਿ ਟਰਾਂਸਪੋਰਟ ਕੈਨੇਡਾ ਨੇ ਜਿਹੜਾ ਆਪਣਾ ਟਰੈਵਲ ਹੈ ਜਿਹੜਾ ਪੈਨ ਆ ਉਹਨੂੰ ਐਕਸਟੈਂਡ ਕੀਤਾ ਸੀਗਾ 21 ਤੱਕ ਆ ਨਾ ਤੇ ਅਵਰ ਫਲਾਈਟਸ ਵਿਲ ਰੀਜ਼ਿਊਮ ਬਿਨ ਬੀ ਰੈਸਟ੍ਰਿਕਸ਼ਨਸ ਲਿਫਟਡ ਤੇ ਉਹਨਾਂ ਨੇ ਕਿਹਾ ਸੀ ਕਿ ਰੈਸਟ੍ਰਿਕਸ਼ਨ ਜਦੋਂ ਲਿਫਟਡ ਹੋਣਗੀਆਂ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਫਲਾਈਟਸ ਨੂੰ ਰੈਗੂਲਰ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਤੇ ਹੁਣ ਨੇ ਕਾਫੀਆਂ ਨੇ ਇੰਡਾਇਰੈਕਟ ਰੂਟ ਤੋਂ ਜਾ ਰਹੇ ਨੇ ਪ੍ਰੋਬਲਮ ਉਹਨ ਜਿਹੜੀ ਪ੍ਰੋਬਲਮ ਹੈ ਜਿਹੜੀ ਨਹੀਂ ਆ ਰਹੀ ਹਰ ਕੈਟਾਗਰੀ ਦਾ ਬੰਦਾ ਜਿਹੜਾ ਕੈਨੇਡਾ ਨੂੰ ਇਸ ਟਾਈਮ ਦੇ ਉੱਤੇ ਟਰੈਵਲ ਕਰ ਰਿਹਾ ਬਟ ਹਾਂ ਕਾਫੀ ਨੋਨੈਸੈਂਸ਼ੀਅਲ ਵਾਲੇ ਪੁੱਛਦੇ ਨੇ ਕਿ ਸਾਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਆਊਗੀ ਤੇ ਕੁਝ ਸਪਾਊਸ オーਪਨ ਪਾਪਨ ਵਾਲਿਆਂ ਨੇ ਕੁਝ ਨੇ ਜੋ ਟਰੈਵਲ ਕੀਤਾਗਾ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਤੇ ਵਿਜ਼ਟਰ ਤੇ ਟੂਰਿਸਟ ਨੇ ਜਿਹੜੇ ਉਹ ਟਰੈਵਲ ਕਰ ਸਕਦੇ ਨੇ ਡਾਇਰੈਕਟ ਰੂਟ ਰਾਹੀਂ ਉਹਦੇ ਬਾਰੇ ਮੈਨੂੰ ਇਹਨਾਂ ਪਰਸਨਲੀ ਪਤਾ ਨਹੀਂ ਹੈਗਾ ਕਿ ਕੋਈ ਗਿਆ ਹੋਵੇ ਹਨਾ ਉਸਦੇ ਮੈਂ ਤੁਹਾਨੂੰ ਜੋ ਐਕਸਪੀਰੀਅੰਸ ਆ ਉਸ ਦਾ ਸ਼ੇਅਰ ਕਰਾਂ ਬਟ ਜਦੋਂ ਵੀ ਕੋਈ ਵੀ ਬੰਦਾ ਜਿਹੜਾ ਕੈਨੇ ਉਨਲੇ ਵੀ ਕੁਝ ਹੋਰ ਵੀ ਵਾਈਫ ਤੇ ਡਾਕੂਮੈਂਟ ਹੋਣ ਚਾਹੀਦੇ ਨੇ ਕੁਝ ਹੋਰ ਡਾਕੂਮੈਂਟ ਹੋ ਜਾਣ ਜਿਹੜੇ ਜੋ ਕਿ ਉੱਥੋਂ ਮੰਗੇ ਜਾ ਸਕਦੇ ਨੇਗੇ ਬਟ ਨੈਕਸਟ ਟਾਈਮ ਮੈਂ ਤੁਹਾਨੂੰ ਦੱਸ ਦਵਾਂ ਜੋ ਵਿਜ਼ਟਰ ਨੇ ਜਾਂ ਟੂਰਿਸਟ ਨੇ ਉਹਨਾਂ ਦਾ ਫਿਲਹਾਲ ਮੈਨੂੰ ਕੀ ਪਤਾ ਨਹੀਂ ਹੈ ਕਿ ਕੀ ਸੀਨ ਹੈ ਕਿਸੇ ਹਿਸਾਬ ਨਾਲ ਜਿਹੜਾ ਉਹ ਟਰੈਵਲ ਕਰ ਪਾਉਣਗੇ ਕੀ ਉਹਨਾਂ ਨੂੰ ਡਾਕੂਮੈਂਟ ਦੀ ਰਿਕੁਆਇਰਮੈਂਟ ਹੋਊਗੀ ਬਟ ਜਦੋਂ ਮੇਰੇ ਕੋਲ ਇਨਫੋਰਮੇਸ਼ਨ ਆਊਗੀ ਜਦੋਂ ਵੀ ਕੋਈ ਬੰਦਾ ਜਿਹੜਾ ਟ੍ਰੈਵਲ ਕਰੂਗਾ ਤਾਂ ਮੈਂ ਉਸਦੇ ਬਾਰੇ ਤੁਹਾਨੂੰ ਜ਼ਰੂਰ ਦੱਸ ਦੂੰਗਾ। ਤਾਂ ਆਦੀ ਵੀਡੀਓ ਸਟਨ ਹੈਹੀ ਡਿਸਕਸ਼ਨ ਕਰਨੀ ਸੀ ਜੇਕਰ ਨੈਕਸਟ ਵੀਡੀਓ ਤੁਸੀਂ ਚਾਹੁੰਦੇ ਕਿਸ ਦੀ ਆਵੇ ਤਾਂ ਤੁਸੀਂ نیچے ਜ਼ਰੂਰ ਕਮੈਂਟ ਕਰੋ ਤੇ ਮੈਨੂੰ ਦੱਸੋ ਕਿ ਆਪਾਂ ਕੱਲ ਦੀ ਜੋ ਵੀਡੀਓ ਆਫ ਦੇ ਵਿੱਚ ਕੀ ਟਾਪਿਕ ਹੈ ਉਹ ਡਿਸਕਸ਼ਨ ਕਰੀਏ। ਤਾਂ ਆਦੀ ਵੀਡੀਓ ਸਿਰਫ ਹੈ ਨਾ। ਓਕੇ ਜੀ। ਥੈਂਕ ਯੂ।